ਕਰਦੇ ਆ ਰਹੇ ਅਸੀਂ ਤੇ ਇੱਥੇ ਹੀ ਪੜਨਾ ਜੀ ਜੀ ਸਾਨੂੰ ਵਜ੍ਹਾ ਚਾਹੀਦੀ ਵੀ ਕਿ ਸਕੂਲ ਕਿਉਂ ਬੰਦ ਹੋਣਾ ਹੈ ਸਾਨੂੰ ਇਹ ਵਜ੍ਹਾ ਚਾਹੀਦੀ ਜਿਹੜੀ ਕੈਪਟਨ ਸਰਕਾਰ ਉਹ ਸਾਡੇ ਨਾਲ ਧੋਖਾ ਕਰ ਰਹੀ ਹੈ ਜਿਹੜੇ ਮੁੱਖ ਮੰਤਰੀ ਹੈ ਉਹ ਸਾਡੇ ਨਾਲ ਝੂਠੇ ਵਾਅਦੇ ਕਰ ਰਹੀ ਹੈ ਉਹਨੇ ਸਾਡੇ ਨਾਲ ਬਹੁਤ ਝੂਠੇ ਵਾਅਦੇ ਕੀਤੇ ਆ ਉਹ ਬੱਚਿਆਂ ਨੂੰ ਸਰਕਾਰ ਕਹੀ ਪਾਸੇ ਸ਼ਿਫਟ ਕਰੂਗੀ ਬੱਚਿਆਂ ਨੂੰ ਜਸਟ ਨਹੀਂ ਇਸ ਜਗ੍ਹਾ ਤੇ ਕੀ ਕਰੂਗੀ ਮਿਲਟਰੀ ਅਕੈਡਮੀ ਬਣਾ ਰਹੇ ਇੱਥੇ ਇਹ ਘੋਸ਼ਣਾ ਕਿਹਦੇ ਵੱਲੋਂ ਕੀਤੀ ਗਈ ਹੈ ਸਰਕਾਰ ਵੱਲੋਂ ਕੀਤੀ ਗਈ ਘੋਸ਼ਣਾ ਸਾਰੇ ਜਾਣੇ ਪੜ੍ਹ ਕੇ ਗਏ ਜਦੋਂ ਅਸੀਂ ਜਦੋਂ ਕਿੰਨਾ ਸਾਲ ਸਾਨੂੰ 4 ਸਾਲ ਹੋ ਗਿਆ ਤੇ ਪੜ੍ਹਦੇ ਨੂੰ ਤੇ ਰਾਣੇ ਅਸੀਂ ਪਲੱਸ ਟੂ ਇੱਥੇ ਕਰਕੇ ਜਾਣੇ ਨਾਮ ਦੀ ਮੁੱਖ ਨਾਮ ਨਾ ਮੁੱਖ ਮੰਤਰੀ ਕਹਿੰਦੇ ਕੀ ਹੋਊਗਾ ਉਹ ਕਿੱਥੇ ਆ ਸਾਨੂੰ ਦੱਸੋ ਸਾਡਾ ਜਸਟਿਸ ਚਾਹੀਦਾ ਸਾਨੂੰ ਸਾਡੇ ਸਕੂਲ ਚਾਹੀਦੇ ਸਾਡੇ ਸਕੂਲ ਬੰਦ ਕਿਉਂ ਕਰਨਾ ਚਾਹੀਦਾ ਅਸੀਂ ਗਰੀਬ ਘਰਾਂ ਦੇ ਬੱਚੇ ਅਸੀਂ ਕਿੱਥੇ ਪੜਾਂਗੇ ਸਾਰੇ ਇੱਥੋਂ ਤੱਕ ਕਿ ਜਿਹੜੇ ਫਾਦਰਲੈਸ ਬੱਚੇ ਉਹਨਾਂ ਨੂੰ ਵਜ਼ੀਫੇ ਲੱਗੇ ਹੋਏ ਆ ਇੰਨੀ ਸਾਡੇ ਨਾਲ ਸਾਰੇ ਜਣੇ ਉਹ ਕਰ ਰਹੇ ਆ ਸਾਨੂੰ ਹਰ ਇੱਕ ਚੀਜ਼ ਮਿਲ ਰਹੀ ਆ ਦੇਖਾ ਅਸੀਂ ਨਹੀਂ ਮਦਦ ਕੋਈ ਸਕੂਲ ਕਰ ਰਹੇ ਸਕੂਲ ਜਾਂ ਸਰਕਾਰ ਜਾਣੇ ਜਾਂ ਮੈਨੇਜਮੈਂਟ ਜਾਣੂ ਵੀਰੇ ਸਾਨੂੰ ਇਸ ਬਾਰੇ ਕੋਈ ਪਤਾ ਨਹੀਂ ਕੀ ਜਗ੍ਹਾ ਕਰਾਂਗੇ ਕੀ ਆਰਡਰ ਹੈ ਕਿਉਂ ਬੰਦ ਕਰ ਰਹੇ ਹੋ ਬੰਦ ਕਿੱਥੇ ਕਰ ਰਹੇ ਬੰਦ ਕਿਹਨੇ ਆਰਡਰ ਕੀਤਾ ਇਹਨੇ ਬੰਦ ਕਰ ਰਹੇ ਸਰਕਾਰ ਕਿਸੇ ਦੀ ਵੀ ਹੈ ਨਹੀਂ ਉਹ ਪੈਸੇ ਦੀ ਆ ਅਗਰ ਤੁਸੀਂ ਹੋਰ ਕਿਤੇ ਬਣਾ ਦੋ ਆਰਮੀ ਦਾ ਬਣਾਉਣਾ ਹੈਗਾ ਹੋਰ ਕਿਤੇ ਜਗ੍ਹਾ ਨਹੀਂ ਆ ਸਾਰੀਆਂ ਸਰਕਾਰੀ ਜਗ੍ਹਾ ਵਾਂ ਸ਼ਾਮਲਾਰ ਜਗ੍ਹਾ ਉੱਥੇ ਆਪਣੇ ਕਬਜ਼ੇ ਕਰ ਲੈਂਦੇ ਆ ਧੋਖਾ ਕਰ ਰਹੀ ਹੈ ਜਿਹੜੇ ਮੁੱਖ ਮੰਤਰੀ ਹੈ ਉਹ ਸਾਡੇ ਨਾਲ ਝੂਠੇ ਵਾਅਦੇ ਕਰ ਰਹੀ ਹੈ ਉਹਨੇ ਸਾਡੇ ਨਾਲ ਬਹੁਤ ਝੂਠੇ ਵਾਅਦੇ ਕੀਤੇ ਆ ਉਹ ਕਹਿੰਦੀ ਸੀ ਆਪਾਂ ਹਨਾ ਜਸਟਿਸ ਦੇਵਾਂਗੇ ਉਹ ਸਾਨੂੰ ਇੱਦਾਂ ਉਹਨਾਂ ਨੇ ਕੁਛ ਨਹੀਂ ਕੀਤਾ ਉਹ ਨਾਮ ਦੀ ਮੁੱਖ ਨਾਮ ਨਾ ਮੁੱਖ ਮੰਤਰੀ ਕਹਿੰਦੇ ਕੀ ਹੋਊਗਾ ਉਹ ਕਿੱਥੇ ਆ ਸਾਨੂੰ ਦੱਸੋ ਸਾਡਾ ਜਸਟਿਸ ਚਾਹੀਦਾ ਸਾਨੂੰ ਸਾਡੇ ਸਕੂਲ ਚਾਹੀਦੇ ਸਾਡੇ ਸਕੂਲ ਬੰਦ ਕਿਉਂ ਕਰਨਾ ਚਾਹੀਦਾ ਬਸ ਮੈਂ ਹੋਰ ਇੱਥੋਂ ਜਾਂਦੀ ਹਾਂ ਅਸੀਂ ਗਰੀਬ ਘਰਾਂ ਦੇ ਬੱਚੇ ਅਸੀਂ ਕਿੱਥੇ ਪੜਾਂਗੇ ਸਾਰੇ ਇੱਥੋਂ ਤੱਕ ਕਿ ਜਿਹੜੇ ਫਾਦਰਲੈਸ ਬੱਚੇ ਉਹਨਾਂ ਨੂੰ ਵਜ਼ੀਫੇ ਲੱਗੇ ਹੋਏ ਆ ਇੰਨੀ ਸਾਡੇ ਨਾਲ ਸਾਰੇ ਜਣੇ ਉਹ ਕਰ ਰਹੇ ਆ ਸਾਨੂੰ ਹਰ ਇੱਕ ਚੀਜ਼ ਮਿਲ ਰਹੀ ਆ ਫਿਰ ਸਾਡਾ ਸਕੂਲ ਕਿਉਂ ਬੰਦ ਹੋ ਰਿਹਾ ਅਕੈਡਮੀ ਬਣਾ ਕੇ ਇੱਥੇ ਕੀ ਕਰਨਗੇ ਸਾਡੇ ਘਰ ਦੇ ਸਾਨੂੰ ਘਰ ਨਹੀਂ ਦੂਰ ਕਿਤੇ ਭੇਜ ਸਕਦੇ ਤੁਹਾਨੂੰ ਵੀ ਪਤਾ ਅੱਜ ਕੱਲ੍ਹ ਦਾ ਮਾਹੌਲ ਕਿੱਦਾਂ ਦਾ ਆ ਤੇ ਬੱਚੇ ਨਹੀਂ ਜਾ ਸਕਦੇ ਜ਼ਿਆਦਾ ਖਾਸ ਕਰ ਕੁੜੀਆਂ ਅਨਿਆਏ ਆ ਬੱਚਿਆਂ ਦਾ ਪੜ੍ਹਨ ਦਾ ਸੀਜ਼ਨ ਆ ਐਗਜ਼ਾਮੀਨੇਸ਼ਨ ਚੱਲਦੇ ਪਿਆ ਇਹਨਾਂ ਨੂੰ ਕਿਹਦੇ ਭਰੋਸੇ ਛੱਡਦੇ ਆ ਸਰਕਾਰ ਕਿਸੇ ਦੀ ਵੀ ਹੈ ਨਹੀਂ ਉਹ ਪੈਸੇ ਦੀ ਆ ਅਗਰ ਤੁਸੀਂ ਹੋਰ ਕਿਤੇ ਬਣਾ ਦੋ ਆਰਮੀ ਦਾ ਬਣਾਉਣਾ ਹੈਗਾ ਹੋਰ ਕਿਤੇ ਜਗ੍ਹਾ ਨਹੀਂ ਆ ਸਾਰੀਆਂ ਸਰਕਾਰੀ ਜਗ੍ਹਾ ਵਾਂ ਸ਼ਾਮਲਾਰ ਜਗ੍ਹਾ ਉੱਥੇ ਆਪਣੇ ਕਬਜ਼ੇ ਕਰ ਲੈਂਦੇ ਆ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਸਾਕਸ਼ੀ ਵਿਸ਼ਿਸ਼ਟ ਆ ਮੈਂ ਵੀ ਇੱਥੋਂ ਹੀ ਪੜ੍ਹੀ ਹੋਈ ਹਾਂ ਮੇਰੇ ਮਾਮਾ ਜੀ ਇੱਥੇ ਦੇ ਪ੍ਰਿੰਸੀਪਲ ਸੀ ਉਹ ਵੀ ਇੱਥੋਂ ਪੜ੍ਹੇ ਹੋਏ ਆ ਮੇਰੇ ਨਾਨਾ ਜੀ ਇੱਥੋਂ ਪੜ੍ਹੇ ਹੋਏ ਆ ਡਾਕਟਰ ਰਾਜਕੁਮਾਰ ਉਹ ਵੀ ਇੱਥੋਂ ਪੜ੍ਹੇ ਹੋਏ ਆ ਇਹਨੇ ਲੀਡਰ ਕੋਈ ਨਹੀਂ ਜਾਗਦਾ ਬੱਚਿਆਂ ਨੂੰ ਬੱਚੇ ਦੀ ਆਪਣੀ ਮਰਜ਼ੀ ਨੇ ਬੱਚਾ ਸੀ ਬੱਚੇ ਨੂੰ ਬਾਹਰ ਕੱਢਿਆ ਨਹੀਂ ਕਿਸੇ ਨੇ ਵੀ ਬੱਚਾ ਐਗਜ਼ਾਮ ਡੇਟ ਚੱਲ ਰਿਹਾ ਤੇ ਬੱਚੇ ਨੂੰ ਕਹਿੰਦੇ ਅੰਦਰ ਆ ਪੜੋ ਹਾਂਜੀ ਬੱਚੇ ਸਕੂਲ ਕਿਉਂ ਬੰਦ ਕਰ ਰਹੇ ਹੋ ਕੌਣ ਸਕੂਲ ਕਿਉਂ ਬੰਦ ਕਰ ਰਹੇ ਸਕੂਲ ਦੇਖ ਅਸੀਂ ਨਹੀਂ ਬੰਦ ਕੋਈ ਸਕੂਲ ਕਰ ਰਹੇ ਸਕੂਲ ਜਾਂ ਸਰਕਾਰ ਜਾਣੇ ਜਾਂ ਮੈਨੇਜਮੈਂਟ ਜਾਣੂ ਵੀਰੇ ਸਾਨੂੰ ਇਸ ਬਾਰੇ ਕੋਈ ਪਤਾ ਨਹੀਂ ਕੀ ਜਗ੍ਹਾ ਕਰਾਂਗੇ ਕੀ ਆਰਡਰ ਹੈ ਕਿਉਂ ਬੰਦ ਕਰ ਰਹੇ ਹੋ ਬੰਦ ਕਿੱਥੇ ਕਰ ਰਹੇ ਬੰਦ ਕਿੰਨੇ ਆਰਡਰ ਕੀਤਾ ਇਹਨੇ ਬੰਦ ਕਰ ਰਹੇ ਪਹਿਲੇ ਨੂੰ ਨਹੀਂ ਨਹੀਂ ਪਰਸੋਂ ਸਕੂਲ ਦੇ ਵਿੱਚ ਅੰਬਿਕਾ ਸੋਨੀ ਵੀ ਆਏ ਸੀ ਹਾਂਜੀ ਹਾਂਜੀ ਕੀ ਕਿਹਾ ਗਿਆ ਉਹਨਾਂ ਵੱਲੋਂ ਜਿਹੜਾ ਤੁਸੀਂ ਸਕੂਲ ਬੱਚੇ ਨੂੰ ਸਕੂਲ ਸ਼ਿਫਟ ਕਰ ਰਹੇ ਬੰਦਾ ਸਕੂਲ ਕਿੰਨੇ ਕਿਉਂ ਕਰ ਰਹੇ ਤੁਸੀਂ ਕਿਤੇ ਬੱਚੇ ਨੂੰ ਸਰਕਾਰ ਕਹੀ ਪਾਸੇ ਸ਼ਿਫਟ ਕਰੂਗੀ ਬੱਚੇ ਨੂੰ ਜਸਟ ਨਹੀਂ ਇਸ ਜਗ੍ਹਾ ਤੇ ਕੀ ਕਰੂਗੀ ਮਿਲਟਰੀ ਅਕੈਡਮੀ ਬਣਾ ਰਹੇ ਇੱਥੇ ਇਹ ਘੋਸ਼ਣਾ ਕਿਹਦੇ ਵੱਲੋਂ ਕੀਤੀ ਗਈ ਹੈ ਸਰਕਾਰ ਵੱਲੋਂ ਕੀਤੀ ਘੋਸ਼ਣਾ ਤਾਂ ਇੰਨਾ ਪੁਰਾਣਾ ਸਕੂਲ ਹੈ ਇੰਨੇ ਬੱਚੇ ਆ ਇੱਥੇ ਹਾਂਜੀ ਤੁਹਾਨੂੰ ਲੱਗਦਾ ਹੈ ਕਿ ਇਹ ਫੈਸਿਲਿਟੀ ਹੋਰ ਕਿਤੇ ਮਿਲ ਜੂਗੀ ਉਹਨਾਂ ਨੂੰ ਸਰਕਾਰੀ ਸਕੂਲ ਫੈਸਿਲਿਟੀਆਂ ਸਾਰੇ ਹੈਗੀਆਂ ਹੀ ਆ ਸਰਕਾਰੀ ਸਕੂਲ ਫੈਸਿਲਿਟੀਆਂ ਕਿਉਂ ਲੈਣ ਕਿਤੇ ਨਹੀਂ ਆਉਣਗੇ ਫੈਸਿਲਿਟੀਆਂ ਤਾਂ ਸਾਰੇ ਹੈਗੀਆਂ ਇਹ ਤਾਂ ਸਰਕਾਰ ਅਸੀਂ ਤਾਂ ਮੰਦ ਨਹੀਂ ਕਰ ਰਹੇ ਮੈਡਮ ਨੇ ਜ਼ਮੀਨ ਸਰਕਾਰ ਨੂੰ ਦੇਤੀ ਪੰਜਾਬ ਸਰਕਾਰ ਨੂੰ ਅੱਗੇ ਪੰਜਾਬ ਸਰਕਾਰ ਨੇ ਸੀ ਇਹਨਾਂ ਕਿ 11 ਬੱਚਿਆਂ ਨੂੰ ਕਿੱਥੇ ਜਾਣਾ ਕੀ ਪੰਡਿਤ ਕਾਸ਼ੀਰਾਮ ਜੀ
हर समस्या का समाधान घर बैठे करवाओ। मनचाया कम कारोबार विच रुकावट वशीकरण करवाना जा तुड़वाना लव मैरिज किता करवाया संतान हीनता सस नू अते पति पत्नी च अनबन गुप्त रोग कोर्ट केस तलाक करवाना जा ना करवाना खो चुका प्यार प्यार विच धोखा गुप्त रोग तो परेशान सोतन जा दुश्मन तो छुटकारा हर समस्या दा घर बैठे समाधान करवाओ पंडित काशीराम जी अच्छी फोन करो